ਕੀ ਹਾਲ ਚਾਲ ਸਾਰਿਆਂ ਦਾ। ਤਾਂ ਅੱਜ ਅਸੀਂ ਤੁਹਾਡੇ ਵਾਸਤੇ ਵੱਡੀ ਅਪਡੇਟ ਲੈ ਕੇ ਹਾਂ। ਜੀ ਹਾਂ, ਅਪਡੇਟ ਜੁੜੀ ਹੋਈ ਹੈ ਪੰਜਾਬੀ ਮੂਵੀ ਜੀ ਵਾਈਫ ਜੀ। ਜੀ ਹਾਂ, ਇਹ ਮੂਵੀ 24 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਮੂਵੀ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਹੈ। ਇਹ ਇੱਕ ਕਮੇਡੀ ਮੂਵੀ ਹੈ। ਜੀ ਹਾਂ, ਇਸ ਮੂਵੀ ਦੇ ਵਿੱਚ ਰੋਸ਼ਨ ਪ੍ਰਿੰਸ, ਹਰਬੀ ਸੰਘਾ, ਕਰਮਜੀਤ ਮੋਲ, ਨਿਸ਼ਾ ਬਾਨੋ, ਅਨੀਤਾ ਦੇਵਗਨ, ਸਰਦਾਰ ਸੋਹੀ, ਏਕਤਾ ਗੁਲਾਟੀ ਅਤੇ ਹੋਰ ਵੀ ਕਈ ਕਲਾਕਾਰਾਂ ਨੇ ਇਸ ਮੂਵੀ 'ਚ ਕੰਮ ਕੀਤਾ ਹੈ। ਜੀ ਹਾਂ, ਇਹ ਮੂਵੀ ਨੂੰ ਅਵਤਾਰ ਸਿੰਘ ਨੇ ਲਿਖਿਆ ਵੀ ਆ ਅਤੇ ਡਾਇਰੈਕਟਰ ਕੀਤਾ ਹੈ। ਜੀ ਹਾਂ, ਹੁਣ ਇਹ ਮੂਵੀ OTT 'ਤੇ ਉਹਨੂੰ ਤਿਆਰ ਵਾ। ਇਹ ਮੂਵੀ ਸਾਨੂੰ ਇਸੇ ਮਹੀਨੇ 21 ਅਪ੍ਰੈਲ ਨੂੰ ਚੌਪਾਲ 'ਤੇ ਦੇਖਣ ਮਿਲੇਗੀ। ਜੀ ਹਾਂ, 21 ਅਪ੍ਰੈਲ ਨੂੰ ਦਿਨੇ 11 ਵਜੇ ਤੁਸੀਂ ਇਸ ਮੂਵੀ ਨੂੰ ਚੌਪਾਲ 'ਤੇ ਦੇਖ ਸਕਦੇ ਜੇ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।